ਇੱਧਰਲੀ ਸਾਈਡ ਨੂੰ ਮੁੱਧੀ ਹੋਈ ਸੀ, ਆ ਐ ਆ ਸਿੱਧੀ ਐ ਪਲਟੀ ਸੀ, ਆ ਸਾਈਡ ਤੋਂ ਸਾਰਾ ਵਿੱਚ ਪਾਣੀ ਵਗ ਗਿਆ। ਪਾਰਕਿੰਗ ਕਰਨ ਦਾ ਤਰੀਕਾ ਤੁਸੀਂ ਦੇਖ ਸਕਦੇ ਹੋ ਆਪਣਾ, ਸਿੰਪਲ ਜਿਹਾ ਹੀ ਲਿਆ ਗਾ ਵੀ ਸਕਰੈਚ ਤੋਂ ਬਚਿਆ ਰਹੇ, ਕਿਉਂਕਿ ਆਪਣੇ ਫੋਨ ਤੇ ਇੱਕ ਸਕਰੈਚ ਪੈ ਚੁੱਕਿਆ, ਉਹ ਮੈਂ ਤੁਹਾਨੂੰ ਦਿਖਾਉਣਾ, ਇੱਕ ਮਿੰਟ ਰੁਕੋ। ਇਹਦੇ ਪਿੱਛੇ ਇੱਥੇ ਰਿਫਲੈਕਟਰ ਆ, ਇਹ ਰਾਤ ਨੂੰ ਚਮਕਿਆ ਕਰੂਗਾ, ਇਹਦੇ ਤੇ ਲਾਈਟ ਪਿਆ ਕਰੂ ਨਾ, ਇਧਰੋਂ ਬੈਕ ਸਾਈਡ ਤੋਂ ਚਮਕਿਆ ਕਰੂ। ਜੀ ਕੀ ਹਾਲ ਚਾਲ ਆ ਸਭ ਦਾ, ਵੈਲਕਮ ਬੈਕ ਟੂ ਨਿਊ ਵਲੌਗ। ਤੇ ਫਿਲਹਾਲ ਆਪਾਂ ਰੈਡੀ ਹੋ ਗਏ ਸੀ, ਕਿਉਂਕਿ ਤੁਹਾਨੂੰ ਪਤਾ ਹੀ ਅੱਜ ਆਪਾਂ ਸਕੋਰਪੀਓ ਦੇ ਟਾਇਰਾਂ ਟੂਰਾਂ 'ਚ ਲਾਈਟਾਂ ਲਵਾਉਣੀਆਂ ਨੇ, ਤਾਂ ਕਰਕੇ ਥੋੜ੍ਹਾ ਟਾਈਮ ਨਾਲ ਜਾਵਾਂਗੇ। ਪਹਿਲਾਂ ਗੱਡੀ ਵਾਸ਼ ਕਰਾਂਗੇ, ਫਿਰ ਇਹ ਆਪਾਂ ਲਾਈਟਾਂ ਲਾ ਕੇ 2-3 ਦਿਨ ਵਾਸ਼ ਨਹੀਂ ਕਰਾਂਗੇ, ਇੰਨੇ 'ਚ ਉਹਦੀ ਜਿਹੜੀ ਗੰਮ ਹੁੰਦੀ ਆ ਉਹ ਪ੍ਰੋਪਰ ਲੱਗ ਜਾਂਦੀ ਆ, ਫਿਰ ਛੇਤੀ ਲਹਿੰਦੀਆਂ ਨਹੀਂ ਹੈਗੀਆਂ। ਤੁਹਾਨੂੰ ਪਤਾ ਹੀ ਆ ਨੀਚੇ ਲਾ ਕੇ ਟਾਇਰ ਗੱਡੀ ਦੀ ਸੰਭਾਲ ਬਹੁਤ ਰੱਖਣੀ ਪੈਂਦੀ ਆ, ਸਾਫ਼ ਰੱਖਣੀ ਪੈਂਦੀ ਆ ਗੱਡੀ, ਇਹਦਾ ਮਾੜੇ ਜੇ ਮਤਲਬ ਕੋਈ ਡਸਟ ਆ ਗਈ ਉਹਦੇ ਨਾਲ ਹੀ ਉੱਤਰ ਜਾਂਦੀਆਂ ਨੇ, ਮਾੜਾ ਮੋਟਾ ਛੇਤੀ ਉਹ ਖਰਾਬ ਹੋ ਜਾਂਦੀਆਂ ਨੇ। ਅਤੇ ਬਾਕੀ ਵਾਲ ਮੈਂ ਸ਼ੈਂਪੂ ਕਰਕੇ ਹਟਿਆ ਸੀ ਹੁਣੇ, ਕੱਲ੍ਹ ਤੁਹਾਨੂੰ ਪਤਾ ਥਾਰ ਮੋਡੀਫਾਈ ਕਰਨ ਗਏ ਸੀ, ਉਹ ਵਲੌਗ ਵੀ ਚੈਨਲ 'ਤੇ ਆ ਚੁੱਕਿਆ, ਜਾ ਕੇ ਜ਼ਰੂਰ ਚੈੱਕਆਊਟ ਕਰਿਓ। ਫਿਰ ਮੀਂਹ ਪੈ ਰਿਹਾ ਸੀ, ਮੀਂਹ 'ਚ ਵਾਲ ਭਿੱਜ ਕੇ ਹੋਰੇ ਹੋਏ ਪਏ ਸੀ ਯਾਰ। ਹੁਣੇ ਸ਼ੈਂਪੂ ਕਰਕੇ ਰੈਡੀ ਹੋਇਆ, ਬਸ 9 ਵੱਜ ਚੁੱਕੇ ਨੇ, 9:10 ਹੋ ਗਏ, ਹੁਣ ਨਿਕਲਦੇ ਹਾਂ ਘਰੋਂ ਅਤੇ ਚੱਲਦੇ ਹਾਂ ਸਿੱਧਾ ਮਹਾਰਾਜ ਹੋਰਾਂ ਕੋਲ, ਪਹਿਲਾਂ ਗੱਡੀ ਵਾਸ਼ ਕਰਦੇ ਹਾਂ, ਫਿਰ ਉਦੋਂ ਬਾਅਦ ਲਾਈਟਾਂ ਦੀ ਫਿਟਿੰਗ ਦਾ ਤੁਹਾਨੂੰ ਸਾਰਾ ਪ੍ਰੋਸੈਸ ਦਿਖਾਉਣਾ। ਲਓ ਜੀ ਘਰੋਂ ਆਪਾਂ ਨਿਕਲ ਚੁੱਕੇ ਹਾਂ, ਅਤੇ ਦਿਓਲ ਨੂੰ ਆਪਾਂ ਫੋਨ ਕਰਤਾ, ਰਸਤੇ 'ਚੋਂ ਮੂਹਰੇ ਆ ਜੂ, ਆ ਪਸੀਨਾ ਆਇਆ ਹੋਇਆ ਉਹ ਇਗਨੋਰ ਕਰਿਓ, ਕਿਉਂਕਿ ਗੱਡੀ ਗਰਮ ਕਰ ਰਿਹਾ ਸੀ, ਵਿੱਚ ਬਹਿ ਕੇ ਸਟਾਰਟ ਕਰਕੇ ਏ ਸੀ ਲਾ ਨਹੀਂ ਸਕਦਾ ਸੀ, ਫਿਰ ਜੇ ਏ ਸੀ ਲਾ ਲਿਆ ਫਿਰ ਗੱਡੀ ਗਰਮ ਕਰਨ ਦਾ ਕੋਈ ਮਤਲਬ ਹੈ ਨਹੀਂ, ਕਿਉਂਕਿ ਏ ਸੀ ਤਾਂ ਆਪਾਂ ਓਬਵੀਅਸਲੀ ਜਦੋਂ ਇੰਜਨ ਆਪਣਾ ਨੋਰਮਲ ਟੈਂਪਰੇਚਰ 'ਤੇ ਚੱਲ ਗਿਆ ਜਿਹੜੇ 'ਤੇ ਗੱਡੀ ਚੱਲਦੀ ਆ, ਤਾਂ ਹੀ ਏ ਸੀ ਲਾਉਣ ਦਾ ਫਾਇਦਾ ਹੁੰਦਾ ਨਾ। ਮਤਲਬ ਐਂ ਵੀ ਨਹੀਂ ਵੀ ਹੁਣ ਗਰਮੀ 'ਚ ਹੀ ਤੁਰੇ ਫਿਰੋ, ਐਂ ਤਾਂ ਏ ਸੀ ਲਾ ਲੈਣਾ ਚਾਹੀਦਾ, ਪਰ ਫਿਰ ਵੀ ਗੱਡੀ ਨੂੰ 10 ਮਿੰਟ ਸਵੇਰੇ ਜ਼ਰੂਰੀ ਆ, ਠੰਡ 'ਚ 10 ਮਿੰਟ, ਗਰਮੀ 'ਚ 5 ਮਿੰਟ ਵੀ ਬਹੁਤ ਆ ਗੱਡੀ ਲਈ, ਇੰਨੇ ਕੁ 'ਚ ਇੰਜਨ ਨੋਰਮਲ ਟੈਂਪਰੇਚਰ 'ਤੇ ਹੋ ਜਾਂਦਾ, ਬਾਕੀ ਗੱਡੀ ਦੇ ਪਿਸਟਨ ਪੁਸਟਨ ਵੀ ਕੇਰਾਂ ਚੱਲ ਕੇ ਜੇ ਹਟ ਜਾਂਦੇ ਨੇ ਸਵੇਰੇ ਇੱਕ ਵਾਰ, ਐਂ ਹੁੰਦਾ ਨਾ ਮਗਲੈਲ ਮਗਲੂਲ ਹੁੰਦਾ ਨਹੀਂ ਵੀ ਉਹਨਾਂ 'ਤੇ, ਅਤੇ ਤਾਂ ਕਰਕੇ ਸੁੱਕੇ ਚੱਲਦੇ ਨੇ। ਆਹ ਬਾਕੀ ਕਾਲਾ ਜਾ ਰਿਹਾ ਸੀ ਆਪਣਾ ਇਲੈਕਟ੍ਰੀਸ਼ਨ, ਇਹ ਤੋਂ ਆਪਾਂ ਘਰੇ ਕੰਮ ਕਾਰ ਕਰਾਉਂਦੇ ਹਾਂ, ਵੈਸੇ ਕਾਲਾ ਇੰਜੀਨੀਅਰ ਆ, ਇਲੈਕਟ੍ਰੀਸ਼ਨ ਨਹੀਂ ਹੈਗਾ, ਅਤੇ ਊਂ ਪਰ ਇਹ ਕੰਮ ਇਲੈਕਟ੍ਰੀਸਿਟੀ ਦੇ ਹੀ ਕਰਦਾ ਗਾ, ਏ ਸੀ ਫਿੱਟ ਕਰਦਾ ਜੇ ਵੋ। ਅਤੇ ਹੁਣ ਆਪਾਂ ਜਾ ਰਹੇ ਹਾਂ ਸਿੱਧਾ ਧੂਰੀ, ਅਤੇ ਰਸਤੇ 'ਚ ਦਿਓਲ ਨੂੰ ਪਿੱਕ ਕਰ ਲਾਂਗੇ, ਧੂਰੀ ਜਾ ਕੇ ਦੇਖਦੇ ਹਾਂ ਆਪਣੇ ਬੰਦੇ ਉੱਠੇ ਨੇ ਕਿ ਨਾ, ਡੱਗ 'ਤੇ ਚੱਲਦੇ ਹਾਂ। ਲਓ ਬਾਈ ਅੱਜ ਇੱਧਰਲੀ ਸਾਈਡ ਗੱਡੀ ਦੇਖ ਸਕਦੇ ਹੋ, ਇੱਧਰਲੀ ਸਾਈਡ ਨੂੰ ਮੁੱਧੀ ਹੋਈ ਸੀ, ਆ ਐਂ ਆ ਸਿੱਧੀ ਐਂ ਪਲਟੀ ਸੀ, ਆ ਸਾਈਡ ਤੋਂ ਸਾਰਾ ਵਿੱਚ ਪਾਣੀ ਵੱਗ ਗਿਆ, ਅਤੇ ਉੱਤਰ ਕੇ ਜਾਣ ਦੀ ਹਿੰਮਤ ਹੈ ਨਹੀਂ, ਨਹੀਂ ਉੱਤਰ ਕੇ ਵੀ ਦਿਖਾ ਦਾਂ ਕੋਈ ਨਹੀਂ, ਨੇੜੇ ਜਾ ਕੇ ਦਿਖਾਊਂਗਾ। ਬਾਕੀ ਦਿਓਲ ਆ ਚੁੱਕਿਆ, ਕੀ ਹਾਲ ਆ ਵੀਰ ਦਿਓਲ? ਵਧੀਆ, ਓਕੇ ਆ ਵੀਰ, ਲਫੜਾ ਤਾਂ ਨਹੀਂ ਕਰਨਾ ਚਾਹ ਰਿਹਾ ਤੇਰਾ, ਲਫੜੇ ਦਾ ਏਰੀਆ ਇੱਥੇ, ਕਿਸੇ ਨਾਲ ਲਫੜਾ ਕਰਨਾ ਚਾਹ ਰਿਹਾ ਹੋਵੇ ਤੂੰ ਨਿਕਾ ਮੋਟਾ? ਹਲੇ ਸਿੱਧਾ ਚੱਲਦੇ ਹਾਂ, ਗੱਡੀ ਵਾਸ਼ ਕਰਦੇ ਹਾਂ, ਫਿਰ ਇਹਦਾ ਲਾਈਟਾਂ ਲੂਟਾਂ ਦਾ ਦੇਖਦੇ ਹਾਂ, ਲਾਈਟਾਂ ਫਿੱਟ ਕਰਾਉਣੇ ਆ, ਫਿਰ ਸ਼ਾਮ ਨੂੰ ਤੁਹਾਨੂੰ ਲੁੱਕ ਚੈੱਕ ਕਰਾਉਣੇ ਆ। ਹੋਰ ਵੀ ਕਈ ਗੱਲਾਂ ਨੇ, ਮੈਂ ਪਹਿਲਾਂ ਕੱਲ੍ਹ ਦੇ ਵਲੌਗ 'ਚ ਕਿਹਾ ਵੀ ਦੱਸ ਦਾਂਗਾ, ਹੁਣ ਉੱਤਰ ਕੇ ਦੇਖਦਾ, ਡੱਗ 'ਤੇ ਖੜ ਕੇ ਤੁਹਾਨੂੰ PPF ਦਿਖਾਉਣਾ, ਕੋਈ ਬੰਦਾ PPF ਪਾੜ ਗਿਆ ਸੀ ਆਪਣਾ, ਅਤੇ ਬਾਕੀ ਵਿੱਚ ਟੁੱਟਵੇਂ ਜੇ ਦਿੱਲੀ ਵਾਲੇ ਵਲੌਗ ਵੀ ਪਏ ਨੇ, ਪਰ ਉਹ ਪਾਏ ਨਹੀਂ ਹੈਗੇ, ਫਿਰ ਮੈਂ ਕਿਹਾ ਇੰਨੇ ਪੁਰਾਣੇ ਵਲੌਗ 'ਤੇ ਕੀ ਪਾਉਣੇ, ਵੀ ਆਪਾਂ ਨਵਾਂ ਹੁਣ ਕੰਟੀਨਿਊ ਕਰਾਂਗੇ ਵਲੌਗਿੰਗ, ਉਹ ਵਿੱਚ ਦੀ ਥੋੜ੍ਹਾ ਜਿਹਾ ਮੈਂ ਬਿਜ਼ੀ ਹੋ ਗਿਆ ਸੀ, ਕੁਛ ਤਾਂ ਗੱਡੀ ਜੈੱਡ ਬਲੈਕ ਕਰ ਰੱਖੀ ਸੀ ਤਾਂ ਕਰਕੇ ਬਿਜ਼ੀ ਹੋ ਗਿਆ ਸੀ, ਪੁਲਿਸ ਮਗਰ ਬਹੁਤ ਦਿਨ ਪਈ ਰਹੀ ਹੈ, ਬਹੁਤ ਫੋਨ ਆਉਂਦੇ ਰਹੇ ਨੇ ਮੈਨੂੰ, ਆਹ ਤੁਹਾਨੂੰ ਪਤਾ ਟ੍ਰੈਂਡ ਚੱਲਿਆ ਨਵਾਂ, ਉਹ ਰੀਲਾਂ ਨਹੀਂ ਪਾਉਂਦੇ ਹੈਗੇ, ਪਹਿਲਾਂ ਜਿਵੇਂ ਮੇਰੀ ਰੀਲ ਪਾ ਕੇ ਉਦੋਂ ਬਾਅਦ ਚਲਾਣ ਕੱਟੇ ਵਾਲੀ ਰੀਲ ਉਹ ਪਾਉਣ ਨੂੰ ਕਹਿ ਰਹੇ ਸੀ, ਅਤੇ ਫਿਰ ਆਪਾਂ ਕਹਿ ਕਹਾ ਕੇ ਉਹਦਾ ਕੰਮ ਸੈਟਲ ਕਰਾਇਆ, ਫਿਲਹਾਲ ਕੁਛ ਦਿਨ ਲਈ ਹਲੇ ਗੱਡੀ ਜੈੱਡ ਬਲੈਕ ਵੀ ਨਹੀਂ ਕਰਦੇ ਹੈਗੇ, ਬਾਕੀ ਹੋ ਸਕਦਾ ਇਹਨੇ ਪਤਾ ਕੱਲ੍ਹ ਨੂੰ ਕਰ ਲਈਏ, ਉਹ ਮੇਰੀਆਂ ਗੱਲਾਂ 'ਤੇ ਭਰੋਸਾ ਘੱਟ ਹੀ ਕਰਿਆ ਕਰੋ, ਪਰ ਮੈਂ ਕਰ ਜ਼ਰੂਰ ਲੈਂਦਾ, ਜੋ ਕਹਿਣਾ ਇਹ ਨਹੀਂ ਪਤਾ, ਪਰ ਕਰੂੰ ਕਿੱਦਾਂ, ਇਹ ਨਹੀਂ ਪਤਾ ਕੱਲ੍ਹ ਨੂੰ ਕਰਦਾ, ਇਹ ਨਹੀਂ ਪਤਾ 2 ਮਹੀਨਿਆਂ ਨੂੰ ਕਰਾਂ, ਬਾਕੀ ਦੇਖਦਾ ਤੁਹਾਨੂੰ ਡੱਗ 'ਤੇ ਜਾ ਕੇ ਬਾਕੀ ਸਿਚੁਏਸ਼ਨ ਦਿਖਾਉਣਾ ਗਾ। ਹੋਰ ਕੋਈ ਗੱਲਬਾਤ ਹੈ ਵੀਰ ਦੱਸਣ ਵਾਲੀ?
ਦੱਸਣੀ ਚਾਹ ਰਿਹਾ ਹੋਵੇ, ਕਾਫੀ ਦਿਨ ਬਾਅਦ ਆਪਾਂ ਬਲੌਗਿੰਗ ਚ ਦੁਬਾਰੇ ਕਦਮ ਧਰਿਆ, ਕੋਈ ਗੱਲ ਸੁਣਾਉਣੀ ਚਾਹ ਰਿਹਾ ਹੋਵੇ? ਬਾਕੀ ਫਿਰ ਵਿਹਲੇ ਟਾਈਮ ਦੱਸਦੇ ਆ। ਚਲੋ ਇੱਕ ਆਹ ਚੀਜ਼ ਬਾਰੇ ਵੀ ਦੱਸਣਾ ਭੁੱਲ ਗਏ ਸੀ ਵੀਰੇ, ਆ ਮਹਾਰਾਜ ਹੋਰਾਂ ਨੇ ਕਰੂਜ਼ ਲੈ ਲਈ, ਇਹਨਾਂ ਨੂੰ ਵਧਾਈਆਂ ਦੇ ਦਿਓ ਕਮੈਂਟਾਂ 'ਚ। ਬਾਕੀ ਤੁਸੀਂ ਅਲੋਏ ਨਾਲ ਲੁੱਕ ਚੈੱਕ ਕਰ ਸਕਦੇ ਹੋ ਗੱਡੀ ਦੀ, ਕਿਉਂ ਬਣਦੀ ਆ ਗੱਲਬਾਤ। ਇਹਦੇ ਵੀ ਅੱਜ ਥੱਲੇ ਲਾਈਟਾਂ ਲਾਉਣੀਆਂ, ਟਾਇਰਾਂ 'ਚ ਨਹੀਂ ਲਾਉਂਦੇ ਇਹਦੇ, ਇਹਦੇ ਸਿਰਫ ਥੱਲੇ ਥੱਲੇ ਲਾਉਣੀਆਂ ਨੇ। ਲਓ ਵੀਰੇ ਗੱਡੀ ਆਪਣੀ ਵਾਸ਼ਿੰਗ 'ਤੇ ਲਾ ਚੁੱਕੇ ਹਾਂ, ਅਤੇ ਆਪਣਾ ਮੁੰਡਾ ਹੈਗਾ ਬਿਮਾਰ ਧੋਣ ਲਈ, ਹਿੰਮਤ ਹੈ ਨਹੀਂ। ਕੀ ਹਾਲ ਆ ਵੀਰ ਤੇਰਾ? ਬੁਰਾ ਹਾਲ ਹੈ? ਦਵਾਈ ਦਵੂਈ ਲਿਆ ਕੇ ਦਈਏ ਤੈਨੂੰ ਵੀਰ? ਹੱਥ ਮਿਲਾ ਲੈ ਲੈ, ਦਵਾਈ ਲਿਆ ਦਿੰਦੇ ਹਾਂ ਕੋਈ ਨਾ ਤੈਨੂੰ। ਫਿਰ ਤੂੰ ਗੱਡੀ ਧੋਣੀ ਸਟਾਰਟ ਕਰੋ, ਚੰਨ ਸਪੀਡ ਫੜ ਜਾ। ਆਹ ਕੀ ਚੀਜ਼ ਹੈ? ਨਹੀਂ ਜਿਹੜਾ ਗੱਡੀ 'ਚ ਬੈਠਾ ਵੀਰ, ਇਹਨੂੰ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਮੁੰਡੇ ਨੂੰ। ਹਾਂ ਵੀਰ ਕੁਛ ਕਹਿਣਾ ਚਾਹੇਗਾ ਤੂੰ? ਨਹੀਂ ਫਿਰ ਉਹ 'ਚ ਕੀ ਹੋ ਗਿਆ? ਲੋਕ ਖੋਲ੍ਹਣ ਭੁੱਲ ਗਿਆ ਤਾਂ ਕੀ ਹੁੰਦਾ? ਹੁਣ ਤੂੰ ਮੈਨੂੰ ਕਵਰ ਦਵਾ ਕੇ ਲਿਆ ਰਿਹਾ ਫੋਨ ਦਾ ਬਾਈ? ਥੋੜੀ ਜਿਹੀ ਅਮੀਰੀ ਵਰਤਦੇ ਹੋਏ ਮੁੰਡੇ ਸਵੇਰੇ ਸਵੇਰੇ ਕਵਰ ਲੈਣ ਚੱਲੇ ਨੇ, ਅੱਜ ਸਾਰਾ ਦਿਨ ਖਰਚਾ ਹੀ ਕਰੀ ਜਾਣਾ। ਕੱਲ ਵੀ 20-25 ਹਜ਼ਾਰ ਰੁਪਇਆ ਲੱਗ ਗਿਆ ਮਾਨ ਵਾਲੀ ਥਾਰ ਤੇ, ਅੱਜ ਫੇਰ ਉਹੀ ਕੁਛ ਹੈ। ਬਾਕੀ ਤੁਸੀਂ ਹੁਣ ਕਰੂਜ਼ ਦਾ ਇੰਟੀਰੀਅਰ ਚੈੱਕ ਕਰ ਸਕਦੇ ਹੋ, ਕਿਉਂ ਹੈ ਗੱਲਬਾਤ ਵੀਰ? ਹਾਲ ਖਿੱਚਤੀ ਮੁੰਡੇ ਨੇ, ਇੱਕ ਤਾਂ ਸਪੀਡ ਉਹਦੀ ਦਿਖਾਉਣ ਲੱਗ ਜਾਂਦੇ ਨੇ ਵੀ ਕਰੂਜ਼ 'ਚ ਬਹਿ ਗਏ, ਐਂ ਕਾਹਤੋਂ ਕਰਦੇ ਹੁੰਦੇ ਹੋ? ਬਾਕੀ ਮੁੰਡੇ ਨੇ ਤਾਂ ਮਾੜਾ ਮੋਟਾ ਡਿਜ਼ਾਇਨਦਾਰ ਸਨਰੂਫ ਰੱਖਿਆ ਹੋਇਆ ਗਾ, ਬਾਕੀ ਆ ਪੰਜਾਬ ਪੁਲਿਸ ਦਾ ਸਟੀਕਰ ਤੇਜ਼ੀ ਤੋਂ ਖੋਹ ਕੇ ਟੰਗ ਲਿਆ, ਕਿਉਂਕਿ ਉਹਦੀ ਕਿਹੜਾ ਗੱਡੀ ਚੱਲਦੀ ਆ ਅੱਜ ਕੱਲ੍ਹ। ਜੀ ਕਵਰ ਆਪਾਂ ਲੈ ਲਿਆ, ਸਿੰਪਲ ਜਿਹਾ ਹੀ ਲਿਆ ਗਾ ਵੀ ਸਕਰੈਚ ਤੋਂ ਬਚਿਆ ਰਹੇ, ਕਿਉਂਕਿ ਆਪਣੇ ਫੋਨ 'ਤੇ ਇੱਕ ਸਕਰੈਚ ਪੈ ਚੁੱਕਿਆ, ਉਹ ਮੈਂ ਤੁਹਾਨੂੰ ਦਿਖਾਉਣਾ। ਇੱਕ ਮਿੰਟ ਰੁਕੋ ਵੀ, ਕਵਰ ਲਾ ਸਕਦੇ ਹੋ ਤੁਸੀਂ? ਇੱਕ ਮਿੰਟ ਲਈ ਆਪਾਂ ਮਾੜਾ ਜਿਹਾ ਦਿਖਾ ਦਈਏ, ਆਪਾਂ ਦੁਖੀ ਹਿਰਦੇ ਨਾਲ ਇੱਕ ਗੱਲ ਦੱਸੀਏ। ਆਹ ਜਗ੍ਹਾ 'ਤੇ ਦੇਖੋ ਆਹ ਸਕਰੈਚ ਪੈ ਚੁੱਕਿਆ, ਲੈ ਵੀਰ। ਅਤੇ ਹੁਣ ਆਪਾਂ ਫਿਰ ਚੱਲਦੇ ਹਾਂ ਡੱਗ 'ਤੇ, ਅਤੇ ਗੱਡੀ ਵਾਸ਼ ਕਰਕੇ ਫਿਰ ਲਾਈਟਾਂ ਦਾ ਕੰਮ ਕਰਦੇ ਹਾਂ ਸ਼ੁਰੂ। ਲਓ ਬਾਈ ਆਹ ਆਪਣੇ PPF ਦਾ ਨੁਕਸਾਨ ਕਰਤਾ ਸੀ ਕਿਸੇ ਨੇ, ਖੜ ਸਕਦਾ ਸੀ ਇੱਕ ਮਿੰਟ ਵੀਰ, ਤੂੰ ਖੜ ਸਕਦਾ ਸੀ ਕੀ? ਹਾਂ ਨਹੀਂ ਕਿਸੇ 'ਚ ਨਹੀਂ ਦਿਖਾਇਆ ਵੀਰ, ਇੱਕ ਵੀ ਵਲੌਗ 'ਚ ਨਹੀਂ ਦਿਖਾਇਆ, ਤਾਂ ਅੱਜ ਦਿਖਾ ਰਹੇ ਹਾਂ। ਇਹਦਾ ਮੈਂ ਲੋਕਾਂ ਨੂੰ ਕਿਹਾ, ਮੈਂ ਕਿਹਾ ਹਲੇ ਤਾਂ PPF ਦਾ ਵਲੌਗ ਤਾਂ ਅਸੀਂ ਬਾਜੂ ਪਾਇਆ, ਉਦੋਂ ਪਹਿਲਾਂ ਸਾਡਾ ਨੁਕਸਾਨ ਹੋ ਗਿਆ। ਹੋਰ ਇਹ ਕਾਫੀ ਦਿਨ ਹੋ ਚੁੱਕੇ ਨੇ ਇਹ ਚੀਜ਼ ਹੋਈ ਨੂੰ। ਇਹ ਕਿਸੇ ਨੇ ਗੱਡੀ ਖੜੀ ਤੇ ਕਰਤਾ ਸੀ ਕਾਂਡ, ਪਾਲੇ ਦਾ ਨਾਮ ਨਹੀਂ ਲਿਆ ਗਿਆ। ਤੇ ਵੀਰ ਤੈਨੂੰ ਤਾਂ ਮੈਂ ਇਹ ਕਹਿੰਦਾ ਸੀ ਵੀ ਪੰਪ ਦੀ ਆਵਾਜ਼ ਆ ਰਹੀ, ਇੱਕ ਮਿੰਟ ਖੜ ਜਾ, ਤੇਰਾ ਨਾਂ ਤਾਂ ਲਏ ਹੀ ਨਹੀਂ। ਉਈ ਧੱਕੇ ਨਾਲ ਹੀ ਆਪਦਾ ਨਾਂ ਲਵਾਉਣ ਨੂੰ ਫਿਰਦਾ ਵੀ ਮੈਂ ਕੀਤਾ ਗਾ, ਇਹ ਤਾਂ ਸ਼ਰੇਆਮ ਧੱਕਾ ਯਾਰ। ਹੁਣ ਦੇਖਦੇ ਹਾਂ ਗੱਡੀ ਚੱਕ ਕੇ ਵਾਸ਼ ਕਰਦੇ ਹਾਂ, ਫਿਰ ਉਦੋਂ ਬਾਅਦ ਲਾਈਟਾਂ ਦਾ ਕੰਮ ਸਟਾਰਟ ਕਰਦੇ ਹਾਂ, ਠੀਕ ਆ ਵੀ? ਉਹ ਗਲਤ ਹੈ ਬਾਈ, ਪਾਲੇ ਹੀ ਗਲਤ ਹੈ, ਮੈਂ ਤਾਂ ਪਾਲੇ ਨੂੰ ਗਲਤ ਹੀ ਸਮਝ ਰਿਹਾ ਸ਼ੁਰੂ ਤੋਂ। ਲਓ ਬਾਈ ਫਿਲਹਾਲ ਆ ਲਾਈਟਾਂ ਲੂਟਾਂ ਚਲਾ ਕੇ ਦੇਖ ਰਹੇ ਸੀ, ਆਹ ਪੀਸ ਤਾਂ ਚੱਲੇ ਹੀ ਹੈ ਨਹੀਂ। ਹੁਣ ਪਤਾ ਨਹੀਂ ਅੱਜ ਪ੍ਰੋਬਲਮ ਕੀ ਆ, ਉਹ ਦੋ ਪੀਸ 'ਚ ਚੱਲ ਤਾਂ ਪਏ, ਪਤਾ ਨਹੀਂ ਹੁਣ ਉਹ ਚੱਲਦੀ ਆਏ ਨੇ, ਉਹਦੀ ਲਾਸਟ ਵਾਲੀਆਂ ਦੋਨੇ ਪੀਸਾਂ ਦੀਆਂ 3-4 ਲਾਈਟਾਂ ਚੱਲਦੀਆਂ, ਹੁਣ ਪਤਾ ਨਹੀਂ ਇਹ ਚੱਲਦੀ ਆਏ ਨੇ, ਪਤਾ ਨਹੀਂ ਕੀ ਗੱਲਬਾਤ ਆ। ਦੇਖਦੇ ਆ, ਨਹੀਂ ਪਤਾ ਲੁਧਿਆਣੇ ਦਾ ਪਲਾਨ ਬਣ ਜੇ, ਜੀ ਤੋਂ ਲੈ ਕੇ ਆਏ ਸੀ ਉਹਦੇ ਕੋਲ ਬੱਜੀ ਵੀਲਾ ਫਿੱਟ ਕਰਕੇ ਦੇ। ਇਹ 'ਚ ਲਿਖਿਆ ਵੀ ਹੋਇਆ ਯੂਜ਼ਲੈਸ ਇੰਸਟਾਲੇਸ਼ਨ। ਯੂਜ਼ਲੈਸ ਇੰਸਟਾਲੇਸ਼ਨ ਇਹ ਕਿਹੜੀ ਗੱਲ ਬਣੀ? ਲੂਜ਼ਲੈਸ ਲੂਜ਼ਲੈਸ ਆ ਵੀਰ, ਯੂਜ਼ਲੈਸ ਦਾ ਕੀ ਮਤਲਬ ਹੋਣਾ? ਤੂੰ ਛੋਰੇ ਆ ਮੇਜਰ ਅੰਗਰੇਜ਼ੀ 'ਚ ਐਡੀ ਗਲਤੀ, ਆ ਕਿਵੇਂ ਹੋ ਸਕਦਾ ਯਾਰ? ਇਹ ਤਾਂ ਜੋਮੀ ਯਾਰ ਤੱਕ ਹੀ ਹੈ, ਇੰਨੀ ਨੇੜਿਓ ਹਲੇ ਕਹਿੰਦਾ ਮੈਂ ਚੰਡੀਗੜ੍ਹ ਪੜ੍ਹਨ ਲੱਗਣਾ, ਇਹਦੇ ਬਾਰੇ ਕੁਛ ਕਹਿਣਾ ਚਾਹੇਗਾ ਤੂੰ? ਤੂੰ ਵੀਰ PPF ਸਿੱਖ ਲੈ, ਜਿਹੜੀ ਤੈਨੂੰ ਮੈਂ ਗੱਲ ਕਹਿ ਰਿਹਾ। ਲਓ ਜੀ ਮੁੰਡੇ ਲੁਧਿਆਣੇ ਨੂੰ ਚੱਲੇ, ਸਲਾਹ ਨਹੀਂ ਬਣ ਰਹੀ ਵੀ ਉਹ ਗੱਡੀ ਲੈ ਕੇ ਚੱਲੀਏ ਕਿ ਆਹ ਲੈ ਕੇ ਚੱਲੀਏ, ਹੁਣ ਦੇਖਦੇ ਹਾਂ ਕਿਹੜੀ ਲੈ ਕੇ ਜਾਣੀ ਆ। ਹਲੇ ਅੰਦਰ ਬਹਿ ਕੇ ਸਲਾਹ ਕਰਦੇ ਹਾਂ, ਫਿਰ ਨਿਕਲਦੇ ਹਾਂ ਸਿੱਧਾ ਲੁਧਿਆਣੇ ਨੂੰ, ਉੱਥੋਂ ਲਾਈਟਾਂ ਫਿੱਟ ਕਰਾ ਕੇ ਲਿਆਉਣੇ ਆ। ਇੱਕ ਤਾਂ ਇੱਥੇ ਇਲੈਕਟ੍ਰੀਸ਼ੀਅਨ ਨਹੀਂ ਮਿਲਿਆ ਯਾਰ ਕੋਈ ਵਧੀਆ,
ਬਾਕੀ ਸਾਨੂੰ ਉਹਨਾਂ ਦੇ ਮੋੜ ਮੂੜ ਜੇ ਸਮਝ ਨਹੀਂ ਆਏ, ਇਸ ਕਰਕੇ ਬੈਟਰ ਆਪਾਂ ਉਹਨਾਂ ਤੋਂ ਹੀ ਫਿੱਟ ਕਰਾ ਲਈਏ, ਕਿਉਂਕਿ ਉਹਨਾਂ ਦੇ ਇਲੈਕਟ੍ਰੀਸ਼ੀਅਨ ਵੀ ਵਧੀਆ ਨੇ, ਵਾਇਰਿੰਗ ਵੀ ਵਧੀਆ, ਅਤੇ ਜਿਹੜੀਆਂ ਸਵਿੱਚਾਂ ਲਾਉਣਗੇ ਉਹ ਵੀ ਵਧੀਆ। ਹੁਣ ਓਬੀਅਸਲੀ ਲੁਧਿਆਣੇ ਤੁਹਾਨੂੰ ਪਤਾ ਕੁਆਲਿਟੀ ਦਾ ਫਰਕ ਆ, ਹੁਣ ਇੱਥੇ ਇੰਨੇ ਪ੍ਰੋਫੈਸ਼ਨਲ ਬੰਦੇ ਹੈ ਨਹੀਂ, ਇਸ ਕਰਕੇ ਮੁੰਡੇ ਸਿੱਧਾ ਲੁਧਿਆਣੇ ਦਾ ਗੇਅਰ ਮਾਰ ਰਹੇ ਨੇ। ਲਓ ਵੀਰ, ਐਕਸੀਡੈਂਟ ਹੋ ਗਿਆ ਸਾਹਮਣੇ ਖੜ੍ਹੇ ਖੜ੍ਹਿਆਂ ਦੇ, ਮਗਰੋਂ ਮੋਟਰਸਾਈਕਲ, ਉਹ ਮੋਟਰਸਾਈਕਲ ਆ ਰਿਹਾ ਜੀ ਭੱਜਿਆ ਸਪੀਡ 'ਤੇ, ਸਿੱਧਾ ਆ ਕੇ ਆਹ ਗੱਡੀ 'ਚ ਵੱਜਿਆ, ਉਹ ਸਪੀਡ ਤੇ ਆ ਰਿਹਾ ਯਾਰ, ਇਹਦੇ ਮੂਹਰੇ ਬੱਸ ਆ ਗਈ, ਇਹਨੇ ਹੌਲੀ ਕਰ ਲਈ। ਨਹੀਂ ਉਹ ਤਾਂ ਸਾਈਡ ਤੇ ਖੜਾਈ ਖੜਾ ਦੀ ਗੱਡੀ ਵਾਲਾ। ਅੱਛਾ, ਮਗਰੋਂ ਲਿਆ ਕੇ ਠੋਕਿਆ। ਗਲਤ ਹੈ ਸੀਨ ਬਾਬੇ, ਕੁਛ ਵੀ ਹੋ ਰਿਹਾ। ਲਓ ਜੀ, ਪਾਰਕਿੰਗ ਕਰਨ ਦਾ ਤਰੀਕਾ ਤੁਸੀਂ ਦੇਖ ਸਕਦੇ ਹੋ ਆਪਣਾ, ਕਿਉਂ ਬਾਕੀ ਆਰਟੀਕੂਲੇਸ਼ਨ ਚੈੱਕ ਕਰ ਲਓ, ਸਕੋਰਪੀਓ ਦੀ ਇੰਨੀ ਕੁ ਹੈ, ਆਹ ਟਾਇਰ 'ਤੇ ਸਾਰਾ ਵੇਟ ਆ ਰਿਹਾ ਫਿਲਹਾਲ, ਅਤੇ ਹੁਣ ਲੱਗਦੇ ਸੀ ਨਿਕਲ ਲੁਧਿਆਣੇ ਨੂੰ, ਮਹਾਰਾਜ ਕਰੂ ਚ ਮਾੜੀ ਜਿਹੀ ਹਵਾ ਪਾਉਣ ਗਿਆ, ਕਹਿੰਦਾ ਹਵਾ ਪਵਾ ਲਈਏ ਫਿਰ ਚੱਲਦੇ ਹਾਂ। ਲੱਗਦੀ ਤਾਂ ਘੈਂਟ ਆਏ ਖੜੀ, ਇੱਕ ਫੋਟੋ ਖਿੱਚਦਾ ਘੈਂਟ ਜੀ, ਕੋਈ ਨਹੀਂ। ਲਓ ਵੀਰੇ, ਫਿਲਹਾਲ ਪੰਪ 'ਤੇ ਖੜ੍ਹੇ ਸੀ ਅਤੇ ਤੇਲ ਪਵਾ ਰਹੇ ਸੀ, ਹੁਣ ਨਿਕਲ ਚੁੱਕੇ ਨੇ ਮੁੰਡੇ ਲੁਧਿਆਣੇ ਨੂੰ, ਉੱਥੇ ਜਾ ਕੇ ਲਾਈਟਾਂ ਫਿੱਟ ਕਰਾਉਣੇ ਆ। ਬਾਕੀ ਬਾਈ ਵੀ ਉਹੀ ਗੱਲ ਕਰ ਰਹੇ ਸੀ, ਕਹਿੰਦੇ ਜਿਹੜਾ ਡੈਪ ਪੈਂਦਾ ਗਾ ਉਹ ਗੱਡੀ 'ਚ, ਗਲਤ ਗੱਲ ਹੈ, ਖਰਚਾ ਵਧਾਇਆ ਵਾਧੂ। ਮੈਂ ਵੀ ਇਹ ਗੱਲ ਨਾਲ ਸਹਿਮਤ ਹਾਂ, ਵਾਧੂ ਖਰਚਾ ਹੀ ਵਧਾਇਆ, ਹੋਰ ਕੋਈ ਫਾਇਦਾ ਨਹੀਂ ਹੈਗਾ ਉਹਦਾ। ਚੱਲ ਕੋਈ ਨਹੀਂ, ਪੋਲਿਊਸ਼ਨ ਘੱਟ ਰਿਹਾ, ਵੈਸੇ ਤਾਂ ਕਹਿ ਰਹੇ ਨੇ ਘੱਟ ਰਿਹਾ, ਹੁਣ ਇਹ 'ਤੇ ਮੈਂ ਕਿਵੇਂ ਯਕੀਨ ਕਰਾਂ, ਕੋਈ ਪਰੂਫ ਨਹੀਂ ਇਹ ਗੱਲ ਦਾ, ਕੀ ਪਤਾ ਉਹ ਪਾਏ ਨਾਲ ਘੱਟਦਾ ਹੀ ਨਾ ਹੋਵੇ, ਕੋਈ ਫਰਕ ਕਿੰਨਾ ਪੈਂਦਾ ਹੋਵੇ। ਚੱਲ ਜੋ ਸਰਕਾਰਾਂ ਕਰੀ ਜਾਣ, ਹਾਂ ਤੇਲ ਹਲਕਾ ਕਰੀ ਜਾਂਦੇ ਨੇ, ਸਹੀ ਗੱਲ। ਪੈਟਰੋਲ ਦੇ ਵਿੱਚ ਤੇਲ ਪੈਂਦਾ ਉਹ ਲੱਗਦਾ ਪੂਰੇ ਰੇਟ ਚ 20% ਹੁੰਦਾ ਹੈ। ਨਾ ਗੱਲ ਸਹੀ ਆ ਤੁਹਾਡੀ, ਦੇਖੋ ਗੱਡੀਆਂ ਦੇ ਇੰਜਨ ਵੀ ਐਡਵਾਂਸ ਹੋ ਰਹੇ ਆ, ਮੈਂ ਇਹ ਕਹਿ ਰਿਹਾ ਗਾ, ਜਿਵੇਂ ਹੁਣ ਇਹ 'ਚ ਡੈਫ ਪੈਂਦਾ, ਇਹ ਡੈਫ ਵਾਲਾ ਇੰਜਨ ਆ, ਠੀਕ ਹੈ। ਅੱਗੇ ਇੰਜਨ ਜਿਹੜੇ ਪੁਰਾਣੇ ਇੰਜਨ ਨੇ ਉਹਨਾਂ ਨੂੰ ਨੁਕਸਾਨ ਪਹੁੰਚ ਰਿਹਾ, ਪਰ ਜਿਹੜੇ ਜਿਵੇਂ ਹੁਣ ਬਲੈਰੋ ਦਾ ਇੰਜਨ ਸੀ ਉਹ 'ਚ ਜਦੋਂ ਮੈਂ ਆਹ ਤੇਲ ਪਾਉਂਦਾ ਸੀ ਉਹਨੂੰ ਨੁਕਸਾਨ ਹੁੰਦਾ ਸੀ ਇੰਜਨ ਨੂੰ, ਪਰ ਫਿਲਹਾਲ ਤਾਂ ਚੱਲ ਕੋਈ ਨਹੀਂ, ਕੁਛ ਸਾਲ ਲਈ ਹਲੇ ਸਹੀ ਚੱਲੂਗੀ, ਫਿਰ ਦੇਖਦੇ ਹਾਂ ਕੀ ਬਣਦਾ ਗਾ। ਜੀ ਪਹੁੰਚ ਚੁੱਕੇ ਹਾਂ ਅਸੀਂ ਲੁਧਿਆਣੇ ਦੇ ਜਾਮ 'ਚ, ਅਤੇ ਟਾਈਮ ਹੋ ਚੁੱਕਿਆ 2:10। ਬਾਕੀ ਨਹਿਰ ਤੁਸੀਂ ਦੇਖ ਸਕਦੇ ਹੋ, ਕੱਲ੍ਹ ਵੀ ਭਰੀ ਹੋਈ ਸੀ, ਅੱਜ ਵੀ ਫੁੱਲ ਭਰੀ ਹੋਈ ਆ। ਬੱਚੇ ਕਿੱਥੇ ਨਹਾਉਣ ਲੱਗ ਗਏ, ਉਹ ਨਹਾ ਰਿਹਾ ਹਨਾ, ਇੰਨਾ ਜੂਮ ਵੱਜਦਾ, ਹਾਂ ਉਹ ਥੋੜ੍ਹਾ ਥੋੜ੍ਹਾ ਦਿਖ ਰਿਹਾ। ਚਲੋ ਕੋਈ ਨਹੀਂ, ਫਿਲਹਾਲ ਆਪਾਂ ਚੱਲਦੇ ਹਾਂ ਹੁਣ ਉਹਦੇ ਕਾਰ ਐਂਡ ਕੇਅਰ ਵਾਲੇ ਦੇ, ਉਹਨੂੰ ਥੱਲੜਲੀਆਂ ਲਾਈਟਾਂ ਦਾ ਹਿਸਾਬ ਕਿਤਾਬ ਪੁੱਛਦੇ ਹਾਂ ਕੀ ਆ, ਅਤੇ ਫਿਟਿੰਗ ਸਟਾਰਟ ਕਰਾਈਏ ਕਿ ਘਰੇ ਜਾ ਕਰਾਈਏ, ਇੱਥੇ ਕਰਾ ਕੇ ਲੈ ਕੇ ਜਾਏਗਾ। ਇਹ ਮਹਾਰਾਜ ਦੀ ਗਰਾਰੀ ਸੀ ਬਾਈ, ਵੀ ਲੁਧਿਆਣੇ ਤੋਂ ਕਰਾ ਕੇ ਲਿਆਉਣੀ ਆ ਫਿਟਿੰਗ, ਇਸ ਕਰਕੇ ਸਾਨੂੰ ਉਰੇ ਆਉਣਾ ਪਿਆ। ਲਓ ਜੀ, ਅਸੀਂ ਸ਼ਾਪ 'ਤੇ ਆ ਚੁੱਕੇ ਹਾਂ, ਅਤੇ ਹੁਣ ਫਿਟਿੰਗ ਸਟਾਰਟ ਕਰਨ ਦੀ ਚੱਲ ਰਿਹਾ ਪ੍ਰੋਸੈਸ, ਪਹਿਲਾਂ ਚਲਾ ਕੇ ਦੇਖ ਰਿਹਾ ਬੈਟਰੀ 'ਤੇ। ਕਿਉਂ ਮਹਾਰਾਜ ਵੀਰ, ਕੀ ਕਹਿਣਾ ਤੇਰਾ? ਵੈਸੇ ਬਲੌਗ 'ਚ ਕੱਲ੍ਹ ਨੰਬਰ ਤਾਂ ਆਏ ਹੋਣਗੇ ਬਾਈ ਦੇ, ਆਪਾਂ ਬਾਈ ਨੂੰ ਫੋਨ ਇੱਥੋਂ ਦੇਖ ਕੇ ਕਰ ਸਕਦੇ ਸੀ। ਹਾਂ ਇਹ ਗਲਤ ਹੋਈ, ਆਪਾਂ ਬਾਈ ਨੂੰ ਦੱਸ ਵੀ ਦਿੰਦੇ ਹਾਂ, ਕੋਈ ਨਹੀਂ। ਲਓ ਵੀਰੇ, ਇੱਕ ਆਹ ਚੀਜ਼ ਦੇਖੀ ਆ ਗੱਡੀ ਲਈ, ਇਹਦੇ ਪਿੱਛੇ ਇੱਥੇ ਰਿਫਲੈਕਟਰ ਆ, ਇਹ ਰਾਤ ਨੂੰ ਚਮਕਿਆ ਕਰੂਗਾ, ਇਹਦੇ ਉੱਤੇ ਲਾਈਟ ਪਿਆ ਕਰੂ ਨਾ, ਇੱਧਰੋਂ ਬੈਕ ਸਾਈਡ ਤੋਂ ਚਮਕਿਆ ਕਰੂ, ਨਾਲੇ ਟਾਕੀ ਦੀ ਸੇਫਟੀ ਰਹਿੰਦੀ ਆ। ਕਿਉਂ ਮਹਾਰਾਜ, ਸਹੀ ਚੀਜ਼ ਆ, ਵਧੀਆ ਗੀ, ਲੋਡ ਰਹੂਗਾ, ਹਾਂ ਇੱਥੇ ਫਿੱਟ ਰਹੂਗਾ ਪੂਰਾ, ਵਧੀਆ ਸਹੀ ਕਰਕੇ ਲਾ ਨਾ ਵੀਰ। ਲੈ ਅਲਾਈਨਮੈਂਟ ਬਣਾ ਰਿਹਾ ਬਾਈ, ਹੈਂ ਠੀਕ ਆ, ਬਣਾ ਲਾ ਵੀਰੇ, ਫਿਰ ਚਪਕੇ ਦੇ ਹੁਣ ਕਰ ਕੀ ਰਿਹਾ ਹੋਰ। ਲਓ ਵੀਰੇ, ਬੈਠੇ ਸੀ
ਬਾਈ ਕਹਿੰਦੇ ਟਾਇਰਾਂ 'ਚ ਤਾਂ ਲੱਗਣੀ ਹੈ ਨਹੀਂ, ਅਤੇ ਜੇ ਟਾਇਰਾਂ 'ਚ ਲਵਾਓਗੇ ਤਾਂ ਸਵਿੱਚ ਨਹੀਂ ਲੱਗਣਾ ਟਾਇਰਾਂ ਦਾ ਬਾਈ, ਇੱਦਾਂ ਜੇ ਕੁਛ ਕਹਿ ਰਹੇ ਨੇ। ਅਤੇ ਚਾਸੀ ਵਾਲੀਆਂ ਬਾਈ ਕਹਿੰਦੇ ਪਹਿਲਾਂ ਗੱਡੀ ਧਵਾਉਣੀ ਪਊਗੀ ਫਿਰ ਲੱਗਣਗੀਆਂ। ਜਿਹੜੀ ਦਿੱਕਤ ਮੈਂ ਤੁਹਾਨੂੰ ਸਵੇਰੇ ਕਿਹਾ ਸੀ ਗੱਡੀ ਧੋ ਦਿਉ, ਬਾ ਉਹੀ ਦਿੱਕਤ ਫਿਰ ਆ ਗਈ। ਹੁਣ ਕਿਵੇਂ ਕਰੀਏ, ਲਾਈਟਾਂ ਚੱਲ ਤਾਂ ਪੂਰੀਆਂ ਪਈਆਂ, ਸਹੀ ਹੋ ਗਈਆਂ। ਹੁਣ ਆਪਾਂ ਦੁਬਾਰੇ ਬਾਈ ਧੂਰੀ ਮੁੜ ਜਾਈਏ ਤੇਲ ਫੂਕ ਕੇ? ਨਹੀਂ, ਹਾਂ ਗੇੜਾ ਦੇ ਚੱਲਦੇ ਇਹਨਾਂ ਨੂੰ ਪੁੱਛ ਲੈਂਦੇ ਵੀ ਕਿੱਥੇ ਪਾਣੀ ਵਾਲਾ ਡੱਗ ਡੱਗ ਵੀ ਗੱਡੀ ਧਵਾ ਕੇ ਫਿਰ ਸਮਾਂ ਬਹੁਤ ਲੱਗ ਜੂ ਇਹ ਚੀਜ਼ 'ਤੇ ਆਪਾਂ ਨੂੰ। ਆਪਾਂ ਉੱਪਰ ਉਹੀ ਬੈਟਰ ਆਏ ਨਹੀਂ ਵੀ ਸਵਿੱਚਾਂ ਸਵਾਚਾਂ ਦੇਖ ਲਈਏ ਅਤੇ ਵਾਇਰ ਦੇਖ ਲਈਏ, ਵਾਇਰਿੰਗ ਲਈ ਵਧੀਆ ਜੀ ਕੋਈ ਵਧੀਆ ਵਾਇਰਿੰਗ ਦੇਖ ਕੇ ਆਪਾਂ ਮੁੜ ਚੱਲਦੇ ਹਾਂ। ਹੋਰ ਕੀ ਆ, ਠੀਕ ਹੈ ਅੰਕਲ ਦੇ ਪਰੌਂਠਾ ਆਮਲੇਟ ਖਾਓ ਅਤੇ ਵਾਪਸ ਚੱਲੋ ਟਾਈਮ ਨਾਲ। ਉਹ ਨਹੀਂ ਸਹੀ ਗੱਲ ਆ, ਨਾਲੇ ਗੱਲ ਉਹੀ ਯਾਰ, ਮੇਨ ਤਾਂ ਆਪਾਂ ਨੂੰ ਸਵਿੱਚਾਂ ਦੀ ਕਮੀ ਸੀ, ਇਲੈਕਟ੍ਰੀਸ਼ਨ ਦਾ ਆਪਣੇ ਕੋਲੋਂ ਵਾਧੂ ਨੇ, ਉਹ ਵਾਧੂ ਨੇ ਉਹ ਬੰਦਾ ਸਿਰ ਆ ਯਾਰ, ਬੰਦੇ ਟੌਪ ਦੇ ਨੇ, ਨਾਲੇ ਉਹ ਟਾਇਰ ਬਣਾਲੇ ਨੇ, ਨਾਲੇ ਉਹ ਟਾਇਰ ਵੀ ਇਲੈਕਟ੍ਰਿਕ ਉਹ ਕਰ ਦੇਣਗੇ, ਸਵਿੱਚ ਤੇ ਕਰ ਦੇਣਗੇ ਟਾਇਰ। ਐ ਕਰਾਂਗੇ ਆਪਾਂ ਨੂੰ ਸਵਿੱਚ ਤੇ ਚਾਹੀਦਾ ਕਰਕੇ ਦੇਖ ਲਾਂਗੇ ਉਹਨੂੰ। ਫਿਰ ਕਈ ਵਾਰ ਮੂਡ ਨਹੀਂ ਹੁੰਦਾ ਹੈਗਾ ਨਾ, ਕਈ ਵਾਰ ਲਾਈਟਾਂ ਚਲਾਉਣ ਦਾ ਮੂਡ ਨਹੀਂ ਹੁੰਦਾ, ਸਵਿੱਚਾਂ ਜ਼ਰੂਰੀ ਨੇ, ਪਾਰਕਿੰਗ ਤੇ ਫਾਇਦਾ ਨਹੀਂ। ਮੰਨਦਾ ਇਹ ਗੱਲ ਤੂੰ? ਕਦੇ ਕਦੇ ਨਹੀਂ ਬਾਲੀ ਰੌਣਕ ਲਾਉਣੀ ਹੁੰਦੀ ਯਾਰ, ਸਮਝ ਗਿਆ। ਚਲੋ ਦੇਖਦੇ ਹਾਂ ਫਿਰ ਵਾਪਸ ਵਾਕ ਚੱਲਦੇ ਹਾਂ ਵੀਰੇ, ਇੱਕ ਪਰੌਂਠਾ ਤੇ ਆਮਲੇਟ ਕਿਹਾ ਅੰਕਲ ਨੂੰ, ਉਹ ਖਾ ਲਈਏ ਪਹਿਲਾਂ ਫਿਰ ਦੇਖਦੇ ਹਾਂ। ਲਓ ਵੀਰੇ ਫਿਲਹਾਲ ਭੁੱਖ ਲੱਗੀ ਸੀ ਤੇ ਕੁਛ ਖਾਣ ਪੀਣ ਨੂੰ ਕਰਾਇਆ, ਆਮਲੇਟ ਹੋ ਗਿਆ, ਪਰੌਂਠੇ ਹੋ ਗਏ, ਫਿਰ ਖਾ ਕੇ ਦੇਖਦੇ ਹਾਂ ਵਾਇਰਿੰਗ ਵੂਇਰਿੰਗ ਲੈ ਕੇ ਚੱਲਦੇ ਹਾਂ ਘਰੇ। ਲਾਈਟਾਂ ਵਾਲਾ ਕੰਮ ਤਾਂ ਅੱਜ ਬਣਿਆ, ਬੜਾ ਪਈ ਜਾਂਦਾ ਜੋ, ਉਹ ਤਾਂ ਆਪਣੇ ਧੂਰੀ ਤੋਂ ਹੀ ਬਣੂ, ਗਾਹ ਕਿੰਨਾ ਪੈ ਰਿਹਾ ਹਨਾ, ਓਏ ਬਾਲੀ ਟ੍ਰੈਫਿਕ ਆ ਓਏ ਇੱਥੇ। ਲਓ ਵੀਰੇ ਆਹ ਸਮਾਨ ਲਿਆ, ਪਹਿਲਾਂ ਤਾਂ ਚਾਰ ਸਵਿੱਚਾਂ, ਆਹ ਬੈਲਟਾਂ ਬੇਸ ਬੰਨਣ ਨੂੰ, ਤੇ ਆਹ ਇੱਕ ਮਰਾਜ ਨੇ ਲਿਆ ਸਪੈਸ਼ਲ ਵਾਸ਼ ਐਂਡ ਸ਼ਾਈਨ, ਇਹ ਪਤਾ ਨਹੀਂ ਕੀ ਸਿਸਟਮ ਆ, ਵੈਕਸ ਹੈ ਕਿ ਕੀ ਸਿਸਟਮ ਆ ਵੀ ਦੱਸਣਾ ਚਾਹੇਗਾ ਤੂੰ? ਸ਼ੈਂਪੂ ਵੈਕਸ ਹੈ। ਇਹ ਕਹਿੰਦਾ ਆਪਾਂ ਸਪੈਸ਼ਲ ਗੱਡੀਆਂ ਲਈ ਇਹ ਲੈ ਚੱਲਦੇ ਹਾਂ, ਕਿ ਇਹ ਲੈ ਲਿਆ, ਆਏ ਵਾਧੂ ਦਾ ਖਰਚਾ ਕੀਤਾ, ਹੁਣ ਮੁੜ ਚੱਲੇ ਲਾਈਟਾਂ ਫਿਰ ਨਹੀਂ ਫਿੱਟ ਹੋਈਆਂ, ਹੁਣ ਮੁੜ ਚੱਲੇ ਖਰਚਾ ਵਾਧੂ ਕਰਤਾ। ਪਰ ਲਓ ਜੀ 4:43 ਹੋਇਆ ਤੇ ਆਪਾਂ ਧੂਰੀ ਆ ਚੁੱਕੇ ਹਾਂ, ਹੁਣ ਮਹਾਰਾਜ ਨੂੰ ਦਵਾਉਣੇ ਆ ਦਵਾਈ। ਬਾਈ ਸਾਡਾ ਬਿਮਾਰ ਹੋਇਆ ਹੋਇਆ, ਇਹਨੂੰ ਦਵਾਈ ਦਵਾਉਣੇ, ਇਹਨੂੰ ਖਾਂਸੀ ਆ ਥੋੜ੍ਹੀ ਜੀ, ਦਵਾਈ ਲੈ ਕੇ ਫਿਰ ਉਦੋਂ ਬਾਅਦ ਆਪਾਂ ਚੱਲਦੇ ਹਾਂ ਸਿੱਧਾ ਡੱਗ ਤੇ, ਦੇਖਦੇ ਹਾਂ ਫਿਰ ਗੱਡੀ ਧੋਵਾਂਗੇ। ਗੱਡੀ ਧੋਣ ਦੇ ਹੱਕ 'ਚ ਹੈਗਾ, ਇਹ ਤਾਂ ਬਿਮਾਰ ਹੈ, ਇਹ ਨਹੀਂ ਧੋਂਦਾ। ਚੱਲ ਕੋਈ ਨਹੀਂ, ਮੈਂ ਤੇ ਪਾਲਾ ਧੋ ਲਾਂਗੇ, ਕੋਈ ਚੱਕਰ ਨਹੀਂ। ਲਓ ਜੀ ਦਵਾਈ ਦਵੂਈ ਲੈ ਕੇ ਮੁੰਡੇ ਆ ਚੁੱਕੇ ਨੇ ਦੁਬਾਰੇ ਡੱਗ ਤੇ ਗੱਡੀਆਂ ਬਹੁਤ ਲੱਗੀਆਂ ਹੋਈਆਂ ਨੇ, ਤਾਂ ਕਰਕੇ ਆਪਣੇ ਵਾਲੀ ਧੋਣੀ ਤਾਂ ਮੁਸ਼ਕਲ ਆ। ਹੁਣ ਦੇਖਦੇ ਹਾਂ ਜਦੋਂ ਫ੍ਰੀ ਹੋਵਾਂਗੇ ਉਦੋਂ ਧੋਵਾਂਗੇ। ਉਹਦੇ ਜੰਡੂ ਮੈਨੂੰ ਦੇਖ ਕੇ ਹੱਸ ਰਿਹਾ, ਜਾਂਡੂ ਜਾਂਡੂ। ਬਾਕੀ ਬਾਈ ਝਿੰਜਰ ਪਹੁੰਚਿਆ ਹੋਇਆ ਉਹਦੀ ਜੈੱਡ ਬਲੈਕ ਲੈ ਕੇ, ਆਪਾਂ ਵੀ ਦੇਖਦੇ ਹਾਂ ਯਾਰ ਕਰਾਈਏ ਜੈੱਡ ਬਲੈਕ। ਵੈਸੇ ਤਾਂ ਮੈਂ ਸੋਚਿਆ ਸੀ ਥੋੜ੍ਹੇ ਦਿਨਾਂ ਤੱਕ ਕਰਾਵਾਂਗੇ, ਪਰ ਫਿਰ ਮੈਂ ਸੋਚਿਆ ਵੀ ਅੱਜ ਹੀ ਜੈੱਡ ਬਲੈਕ ਕਰਾ ਲੈਂਦੇ ਹਾਂ, ਅੱਜ ਨਹੀਂ ਸੋਰੀ ਮਤਲਬ 2-3 ਦਿਨਾਂ ਤੱਕ। ਵੀਰੇ ਜੈੱਡ ਬਲੈਕ ਕਿੱਦੇ ਕਰਾਈਏ? ਕੁਛ ਨਹੀਂ ਸੁਣਿਆ ਹੈਗਾ, ਬਹੁਤ ਦੂਰ ਸੀ ਮੈਂ ਬਹੁਤ, ਕੱਲ੍ਹ ਨੂੰ ਸ਼ਾਮ ਨੂੰ। ਚੱਲ ਜੀ ਕੱਲ੍ਹ ਨੂੰ ਮੈਂ ਟਾਈਮ ਨਾਲ ਫ੍ਰੀ ਹੋਇਆ ਤਾਂ ਜ਼ਰੂਰ ਜੈੱਡ ਬਲੈਕ ਕਰਾਵਾਂਗੇ। ਝਿੰਜਰ ਦੀ ਸ਼ਕਲ ਦਿਖਾ ਦਾਂ ਇੱਕ ਵਾਰ, ਬਸ ਇਕੱਲੇ ਝਿੰਜਰ ਦੀ ਸ਼ਕਲ ਦਿਖਾਉਣ ਲਈ ਅੰਦਰ ਆਇਆ ਮੈਂ। ਲੈ ਵੀਰੇ ਰਿਕਾਰਡਿੰਗ ਰੁਕ ਗਈ ਸੀ। ਹੋਰ ਬਾਈ ਕੀ ਹਾਲ ਚਾਲ ਆ ਤੇਰਾ? ਵਧੀਆ ਠੀਕ ਆ ਵੀਰੇ, ਤੂੰ ਬਹੁਤ ਦਿਨਾਂ ਬਾਅਦ ਮਿਲਿਆ ਮੈਨੂੰ, ਇੰਨੇ ਦਿਨ ਕਿੱਥੇ ਸੀ ਤੂੰ? ਆਹ ਕੌਣ ਆ ਤੇਰੇ ਨਾਲ? ਇਹ ਮੇਰੇ ਨਾਲ ਨਹੀਂ ਹੈਗਾ, ਮੈਂ ਅੱਡਾ ਤੂੰ ਇਹ ਤੋਂ ਠੀਕ ਆ, ਤੇਜ਼ੀ ਨਾਲ ਬਾਈ ਸਾਡੀ ਨੋ ਟੌਕ ਆ, ਠੀਕ ਆ। ਲਓ ਜੀ ਆਪਾਂ ਡੱਗ ਤੋਂ ਨਿਕਲ ਚੁੱਕੇ ਹਾਂ ਅਤੇ ਸਮਾਂ ਹੋ ਚੁੱਕਿਆ, ਸੋਰੀ ਯਾਰ ਘੜੀ ਬੰਦ ਹੋ ਗਈ, ਅਤੇ ਸਮਾਂ ਹੋ ਚੁੱਕਿਆ 7:21, ਅਤੇ ਹੁਣ ਆਪਾਂ ਜਾ ਰਹੇ ਹਾਂ ਘਰ ਨੂੰ। ਕੰਮ ਅੱਜ ਆਪਣਾ ਕੋਈ ਨਹੀਂ ਬਣਿਆ ਹੈਗਾ, ਬਾਕੀ ਅੱਜ ਝਿੰਜਰ ਬਾਈ ਜੀ ਜੈੱਡ ਬਲੈਕ ਕਰਾ ਕੇ ਆਪਣੇ ਪਿੱਛੇ ਆ ਰਹੇ ਨੇ। ਇਹਨੇ ਅੱਡ ਦੁਨੀਆਂ ਦੇ ਤੱਕ ਪਾ ਰੱਖੀ ਆ ਬਾਈ, ਇਹਨੇ ਮੈਥੋਂ ਵੀ ਪਹਿਲਾਂ ਜੈੱਡ ਬਲੈਕ ਕਰਾ ਲਈ, ਹਲੇ ਗੱਡੀ ਆਈ ਹੈ ਨਹੀਂ, ਮੈਥੋਂ ਪਹਿਲੀ ਜੈੱਡ ਬਲੈਕ ਕਰਾ ਲਈ ਬਾਈ ਨੇ। ਚਲੋ ਕੋਈ ਨਹੀਂ, ਹੁਣ ਘਰੇ ਚੱਲਦੇ ਆ, ਕੰਮ ਤਾਂ ਅੱਜ ਕੋਈ ਬਣਿਆ ਨਹੀਂ, ਕੱਲ੍ਹ ਨੂੰ ਟਰਾਈ ਕਰਾਂਗੇ। ਨੈਕਸਟ ਵਲੌਗ 'ਚ ਤੁਹਾਨੂੰ ਪੱਕਾ ਦਿਖਾਵਾਂਗੇ ਆਏ ਦੀ ਲਾਈਟਾਂ ਦੀ ਫਿਟਿੰਗ। ਅੱਜ ਤਾਂ ਯਾਰ ਲਾਈਟਾਂ 'ਚ ਪ੍ਰੋਬਲਮ ਆ ਗਈ ਸੀ, ਤਾਂ ਕਰਕੇ ਸਾਨੂੰ ਲੁਧਿਆਣੇ ਜਾਣਾ ਪਿਆ, ਫਿਰ ਉੱਥੇ ਜਾ ਕੇ ਸਾਨੂੰ ਪਤਾ ਲੱਗਿਆ ਵੀ ਇਹ ਲਾਈਟਾਂ ਦੀ ਐਪ ਏ ਹੋਰ ਆ। ਹੁਣ ਉਹ ਸਾਰੀਆਂ ਪ੍ਰੋਪਰ ਚੱਲ ਰਹੀਆਂ ਨੇ, ਹੁਣ ਦੇਖਦੇ ਹਾਂ 1-2 ਦਿਨ 'ਚ ਇਹਨਾਂ ਦੀ ਫਿਟਿੰਗ ਕਰਾਉਂਦੇ ਹਾਂ, ਅਤੇ ਅੱਜ
ਦਾ ਬਲੌਗ ਫਿਲਹਾਲ ਕਰਦੇ ਹਾਂ ਇੱਥੇ ਐਂਡ, ਮਿਲਦੇ ਹਾਂ ਨੈਕਸਟ ਬਲੌਗ 'ਚ। ਚੈਨਲ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਲਓ, ਅਤੇ ਬਸ ਹੋਰ ਕੋਈ ਗੱਲਬਾਤ ਨਹੀਂ, ਅਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਆ ਕਰੋ ਭਾਈ ਬਣੇ।